ਔਰਤ ਕੱਪੜੇ ਸਿਉਣ ਲਈ ਬੈਠੀ ਮਸ਼ੀਨ ਤੇ, ਪਰ ਬਾਲ ਬਾਲ ਬਚੀ ਜਾਨ ਵਾਪਰ ਜਾਣਾ ਸੀ ਵੱਡਾ ਪਣ। ਅਕਸਰ ਹੀ ਜਦੋਂ ਕਿਸੇ ਘਰ ਵਿੱਚ ਸੱਪ ਆਉਂਦਾ ਹੈ ਤਾਂ ਸਾਰਾ ਹੀ ਪਰਿਵਾਰ ਹੈਰਾਨ ਹੋ ਜਾਂਦਾ ਹੈ ਅਤੇ ਇਹ ਸੋਚਦਾ ਹੈ ਕਿ ਸੱਪ ਕਿਵੇਂ ਤੇ ਕਿੱਥੋਂ ਆਇਆ। ਪਰ ਹੁਣ ਇੱਕ ਸੱਪ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੱਪ ਕੱਪੜੇ ਸਿਉਣ ਵਾਲੀ ਮਸ਼ੀਨ ਵਿੱਚ ਬੈਠਾ ਦਿਖਾਈ ਦੇ ਰਿਹਾ ਹੈ। ਦਰਅਸਲ ਜਦੋਂ ਰਾਤ ਨੂੰ ਘਰ ਦੇ ਸਾਰੇ ਕੰਮਕਾਰ ਕਰਕੇ ਰੋਟੀ ਪਾਣੀ ਖਾ ਕੇ ਔਰਤ ਕੱਪੜੇ ਸਿਉਣ ਲਈ ਮਸ਼ੀਨ ਤੇ ਬੈਠੀ ਅਤੇ ਜਦੋਂ ਮਸ਼ੀਨ ਨੂੰ ਚਲਾਉਣ ਲਈ ਪੈਡਲ ਮਾਰਦੀ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਮਸ਼ੀਨ ਤੇ ਸੱਪ ਬੈਠਾ ਹੈ। ਔਰਤ ਇੱਕੋ ਦਮ ਰੌਲਾ ਪਾਉਂਦੀ ਬਾਹਰ ਵੱਲ ਭੱਜ ਲੈਂਦੀ ਹੈ, ਜਿਸ ਕਾਰਨ ਸਾਰਾ ਹੀ ਪਰਿਵਾਰ ਉੱਥੇ ਇਕੱਠਾ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਬੰਦਿਆਂ ਵੱਲੋਂ ਇਸ ਸੱਪ ਨੂੰ ਮਾਰ ਦਿੱਤਾ ਜਾਂਦਾ ਹੈ। ਸੋ ਔਰਤ ਦੀ ਕਿਸਮਤ ਚੰਗੀ ਸੀ ਕਿ ਇਸ ਜ਼ਹਿਰੀਲੇ ਸੱਪ ਤੋਂ ਬਾਲ ਬਾਲ ਬਚ ਗਈ, ਕਿਉਂਕਿ ਇਸ ਸੱਪ ਦਾ ਨਾਮ ਇੰਡੀਅਨ ਕਾਮਨ ਕ੍ਰੇਟ ਹੈ, ਜਿਸ ਨੂੰ ਕਿ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਅਤੇ ਇਹ ਸੱਪ ਜ਼ਿਆਦਾਤਰ ਰਾਤ ਨੂੰ ਨਿਕਲਦਾ ਹੈ ਅਤੇ ਬਿਸਤਰੇ ਉੱਪਰ ਚੜ੍ਹ ਕੇ ਡੰਗ ਮਾਰਦਾ ਹੈ। ਸੋ ਤੁਸੀਂ ਵੀ ਹੋ ਜਾਓ ਸਾਵਧਾਨ, ਆਪਣੇ ਘਰ ਦੀ ਪੂਰੀ ਸਾਫ਼ ਸਫਾਈ ਜ਼ਰੂਰ ਰੱਖੋ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।